ਇੱਕ ਹੋਰ ਵਾਕਿਆ ਮੈਨੂੰ ਯਾਦ ਹੈ, ਅੱਖਾਂ ਤੋਂ ਅੰਨਾ ਤੇ ਰੋਟੀ ਦਾ ਸਵਾਲ ਪਿਆ ਕਰੇ, ਅੱਖਾਂ ਤੋਂ ਅੰਨਾ ਰੋਟੀ ਦਾ ਸਵਾਲ, ਤੇ ਕਿਸੇ ਨੇ ਆਖਿਆ ਉਹ ਮੁਸ਼ਕਲ ਕੁਸ਼ਾ ਦਾ ਕਾਫਲਾ ਆਉਂਦਾ ਹੀ ਪਿਆ, ਜਾ ਉਹਦੇ ਅੱਗੇ ਸਵਾਲ ਕਰ। ਅੰਨਾ ਰਸਤੇ ਵਿੱਚ ਖਲੋ ਗਿਆ ਜਿੱਥੇ ਅਲੀ ਨੂੰ ਮੁਰਤਜ਼ਾ ਦਾ ਕਾਫਲਾ ਆ ਰਿਹਾ ਸੀ, ਨਜ਼ਦੀਕ ਆਏ। ਅੰਨਾ ਸਵਾਲ ਕਰਦਾ, ਯਾ ਅਲੀ ਸ਼ਹਿਨਸ਼ਾਹ, ਰੋਟੀ ਦਾ ਸਵਾਲ ਏ, ਆਪ ਉਹ ਮੁਹਾਰ ਕਿਹਦੇ ਹੱਥ ਵਿੱਚ ਉਠਾਂ ਦੀ? ਗੁਲਾਮ ਕੰਬਰ ਦੇ। ਆਪ ਨੇ ਫਰਮਾਇਆ, ਕੰਬਰ ਜੀ ਵਾਰ ਸੇ ਮਿੰਬਰ। ਊਠ ਵਾਲਾ ਲੰਗਰ ਕਿਹੜੀ ਜਗ੍ਹਾ ਹੈ, ਕਿੱਥੇ ਕਰਕੇ ਆ ਰਿਹਾ ਲੰਗਰ ਜਿਹੜਾ ਜਿਹਦੇ ਤੇ ਊਠ ਆ? ਮੈਂ ਸਦਕੇ ਜਾਓ, ਕਿਹੜਾ ਊਠ ਹੈ ਜਿਹਦੇ ਤੇ ਸਾਰੇ ਲੰਗਰ ਪੱਕਾ ਪਕਾਇਆ ਲੰਗਰ? ਕੰਬਰ ਕਹਿੰਦੇ ਨੇ, ਯਾ ਅਲੀ ਸ਼ਹਿਨਸ਼ਾਹ, ਮੇਰਾ ਕੁਜ਼ੇਨ ਇੰਤਖਾਬ ਨਹੀਂ ਕਰ ਸਕਦਾ, ਆ ਜਾਂਦਾ ਤੇ ਮੈਂ ਦੱਸਣਾ। ਆਪ ਨੇ ਫਰਮਾਇਆ, ਉਹ ਕੰਬਰ ਇਹ ਮੇਰਾ ਮੰਗਤੇ ਨੂੰ ਨਕੇਲ ਹੀ ਫੜਾ ਦੇ, ਲੱਭਦਿਆਂ ਲੱਭਦਿਆਂ ਦੇਰ ਹੋ ਜਾਏਗੀ, ਇਹਨੂੰ ਨਕੇਲ ਹੀ ਫੜਾ ਦੇ। ਤੋ ਜਨਾਬ ਗੁਲਾਮ ਕੰਬਰ ਜਲਦੀ ਨਾਲ ਮੁਹਾਰ ਫੜਾ ਕੇ ਤੇ ਨੱਸ ਗਏ, ਛਾਲ ਮਾਰ ਕੇ ਪਰਾਂ ਨੱਸ ਗਏ। ਯਾ ਅਲੀ ਸ਼ਹਿਨਸ਼ਾਹ ਪੁੱਛਦੇ ਨੇ, ਕੰਬਰ ਤੂੰ ਕਿ ਨੱਸਿਆ? ਯਾ ਅਲੀ ਸ਼ਹਿਨਸ਼ਾਹ, ਦਰਿਆਏ ਰਹਿਮਤੀ ਜੋਸ਼ ਵਿੱਚ ਆਇਆ ਸੀ, ਮੈਂ ਕਿਤੇ ਮੈਂ ਵੀ ਨਾ ਬਖਸ਼ਿਆ ਜਾਵਾਂ, ਕਿਤੇ ਮੈਂ ਵੀ ਨਾਲ ਹੀ ਬਖਸ਼ਿਆ ਜਾਵਾਂ। ਲਓ ਜਨਾਬ, ਉਹ ਰੱਸੀ ਅੰਜ ਰਿੜਕਦਾ ਅੰਨਾ ਤੇ ਆਖਦਾ, ਯਾ ਅਲੀ ਮੈਂ ਰੱਸੀ ਦਾ ਸਵਾਲ ਨਹੀਂ ਕੀਤਾ, ਮੈਂ ਰੋਟੀ ਦਾ ਕੀਤਾ, ਮੈਂ ਰੱਸੀ ਦਾ ਨਹੀਂ ਕੀਤਾ, ਮੈਂ ਤੇ ਰੋਟੀ ਦਾ ਸਵਾਲ। ਆਪਨੇ ਫਰਮਾਇਆ, ਮੈਂ ਤੈਨੂੰ ਕਿਆਮਤ ਤੱਕ ਤੇਰੇ ਕੋਲ ਖਜ਼ਾਨਾ ਜਿਹੜਾ ਨਾ ਮੁੱਕੇ ਮੈਂ ਉਹ ਬਖਸ਼ ਦਿੱਤਾ। ਯਾ ਅਲੀ ਮੇਰੇ ਕਿਸ ਕੰਮ, ਮੇਰੀਆਂ ਤੱਕਾਂ ਕੋਈ ਨਹੀਂ। ਆਪਨੇ ਫਰਮਾਇਆ, ਤੂੰ ਮੇਰਾ ਮੰਗਤੇ, ਜਾ, ਤੈਨੂੰ ਨਜ਼ਰ ਵੀ ਦਿੱਤੀ, ਤੈਨੂੰ ਕਿਆਮਤ ਤੱਕ ਖਜ਼ਾਨਾ ਵੀ ਦਿੱਤਾ, ਤੈਨੂੰ ਲੱਖਾਂ ਦਾ ਦਾਤਾ ਵੀ ਦਿੱਤਾ ਜੀ, ਅੱਖਾਂ ਮਿਲੀਆਂ, ਲੱਖਾਂ ਦਾ ਦਾਤਾ ਹੋ ਗਿਆ, ਤੇ ਚਰਨਾਂ ਵਿੱਚ ਡਿੱਗ ਕੇ ਜਾਂਦਾ। ਹਸਨੈਨ ਦਾ ਦਾਤਾ ਮੈਂ ਤੇਰੀ ਸ਼ਾਨ ਤੋਂ ਸਦਕੇ, ਹਸਨੈਨ ਦਾ ਦਾਤਾ ਮੈਂ ਤੇਰੀ ਸ਼ਾਨ ਤੋਂ ਸਦਕੇ, ਹਸਨੈਨ ਦਾ ਦਾਤਾ ਮੈਂ ਤੇਰੀ ਸ਼ਾਨ ਤੋਂ ਸਦਕੇ, ਹਸਨੈਨ ਬਖਸ਼ਿਸ਼ ਦਾ ਵਸੀਲਾ ਮੈਂ ਤੇਰੇ ਦਾਨ ਤੋਂ ਸਦਕੇ, ਬਖਸ਼ਿਸ਼ ਦਾ ਵਸੀਲਾ ਮੈਂ ਤੇਰੇ ਦਾਨ ਸਦਕੇ, ਬਖਸ਼ਿਸ਼ ਦਾ ਵਸੀਲਾ ਮੈਂ ਤੇਰੇ ਦਾਨ ਤੋਂ ਸਦਕੇ। ਅੱਖਾਂ ਮਿਲੀਆਂ, ਖਜ਼ਾਨਾ ਮਿਲਿਆ, ਤੇ ਦੁਆ ਦਿੰਦਾ ਹੈ ਕਿ ਜੀਣਾ ਮੇਰਾ ਦਸ਼ਵਾਰ ਸੀਆ ਸਾਲ ਬੜਾ ਹੋਈ, ਹਸਨੈਨ ਸਦਾ ਰਹਿਣ ਬਹਾਰਾ, ਕੀ ਲਫਾ
باز نہیں کول کیویں شکر گزارا دی لفاظ نہیں کول کیویں شکر گزارا سن اعظم تیرے احسان تو صدقے اپنی جگہ سب ٹھیک ہیں مگر ایک صحاب دا میرے زبان پہ نام آ گیا ہے جناب سلمان جناب سلمان او ہیں جس بی بی پاک نہ رل کے چکی پیٹھی دروازہ ہے میں نہ ویڑا ہے رسول دے ویڑے داڑی مبارک نال چاڑو دیتا ہے بی بی پاک نال چکی پیٹھی جتھے فرشتیاں نو اجازت نال اندر آنا پیندا ہے اس دروازہ دا چاڑو ویڑے دا چاڑو جناب سلمان نے داڑی مبارک نال دیتا ہے ہاں جی دجو بازا ہے خاتون تے زندگی گزاری میں سد کے جا